ਜੀਐਸਟੀ ਦੇ ਵਿਰੋਧ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸਾਰੇ ਕਾਂਗਰਸ ਵਿਧਾਇਕਾਂ ਅਤੇ ਕਾਰਜਕਰਤਾਵਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਇੱਕ ਹਾਥੀ ਤੇ ਜੀਐਸਟੀ ਵਿਰੋਧੀ ਬੈਨਰ ਲਗਾਇਆ ਗਿਆ। ਨਵਦੀਪ ਸਿੰਘ ਹੁੰਦਲ, ਪ੍ਰੈਜ਼ੀਡੈਂਟ ਬਲਾਕ ਕਾਂਗਰਸ ਕਮੇਟੀ ਵੇਰਕਾ। ਅੱਜ ਦੇ ਪ੍ਰੋਟੈਸਟ ਬਾਰੇ ਦੱਸੋ। ਅੱਜ ਅਸੀਂ ਜੀਐਸਟੀ ਦੇ ਵਿਰੋਧ ਦੇ ਵਿੱਚ ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਕੱਤਰ ਹੋਏ ਹਾਂ। ਸਮੂਹ ਜਿਹੜੇ ਹਲਕਾ ਵੇਰਕੇ ਤੋਂ ਕਾਂਗਰਸੀ ਸਾਡੇ ਸਾਥੀ ਨੇ, ਉਹ ਸਾਰੇ ਸਿੱਧੂ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ, ਔਰ ਅਸੀਂ ਜੀਐਸਟੀ ਦਾ ਜੋ ਕੇਂਦਰ ਸਰਕਾਰ ਆ ਉਹਦਾ ਸਿਆਪਾ ਕਰਨ ਲਈ, ਉਹਦੇ ਵਿਰੋਧ ਲਈ ਇੱਥੇ ਆਏ ਹੋਏ ਹਾਂ। ਇੱਕ ਮਿੰਟ, ਅਮੀਰ ਸਿੰਘ ਕੁੱਲੀ, ਹਲਕਾ ਪੂਰਬੀ ਚੌਂਕ, ਨਵਜੋਤ ਸਿੰਘ ਸਿੱਧੂ ਦੀ ਰਹਿਣ ਪਾਈ ਹੇਲ ਮੰਤਰੀ ਸਾਹਿਬ ਦੀ। ਜੀਐਸਟੀ ਦੇ ਸਾਰੇ ਕਾਰੋਬਾਰ ਫੇਲ ਕਰਤੇ ਮੋਦੀ ਸਰਕਾਰ ਨੇ ਜੀ। ਮੇਰੇ ਕੋਲ 50 ਫੈਕਟਰੀ ਕਾਰੀਗਰ ਸੀ, ਅੱਜ 20 ਕਾਰੀਗਰ ਨਹੀਂ ਰਹਿ ਗਏ ਕੰਮ ਦੇ ਵਾਸਤੇ, ਅਤੇ ਕਾਰੋਬਾਰ ਨੋਟਬੰਦੀ ਕਰਕੇ ਬਿਲਕੁਲ ਕਾਰੋਬਾਰ ਖਤਮ ਹੋ ਗਏ ਸਾਰੇ। ਅੱਜ ਕਾਰੋਬਾਰ ਹੀ ਨਹੀਂ ਹੈਗਾ, ਸਭ ਵਿਹਲੇ ਹੋ ਗਏ ਨੇ, ਮਜ਼ਦੂਰ ਘਰ ਰੋਟੀ ਖਾਣ ਦੀ ਰਸਮ ਦੇ ਵਿਰੋਧ ਵਿੱਚ। ਹਾਂਜੀ, ਅੱਜ ਕਿੰਨੇ ਸੈਂਕੜੇ ਬੰਦੇ ਨਾਲ ਹੀ ਆਏ ਆ, ਸਾਰੇ ਕਾਰੋਬਾਰ ਤੋਂ ਵਿਹਲੇ, ਦੁਕਾਨਦਾਰ ਕਿਸੇ ਦਾ ਕੋਈ ਕਾਰੋਬਾਰ ਨਹੀਂ ਹੈਗਾ, ਹਰ ਬੰਦਾ ਵਿਹਲਾ ਆਇਆ ਪਿਆ। ਕੀ 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 ਕਹਿਣਾ ਚਾਹੁੰਦੇ ਜੀ ਇਹਦੇ ਬਾਰੇ? ਸਰਕਾਰ ਆਪਣੇ ਟੈਕਸ ਵਾਪਸ ਲਵੇ ਤੇ ਕਰ ਜੀਐਸਟੀ ਬੰਦ। ਠੀਕ ਹੈ।